हाँ जी भी जी, सारे भी सत श्रीकाल जी। संदीप डिफेंस तो बहुत बहुत वेलकम है जी। अज भी जी उन्हें विजिट हैगी बस्ती मोहम्मद शाह जी, जिला फिरोजपुर, पहले तहसील भी फिरोजपुर। इन्हें बाई ने इतने बहुत सारी वीडियो बनाई जी अपना, ठीक है। कुछ अज इन्हें को एनिमल सेल है जी, हम बाई ने गलबात करें कि प्राइज की मिल कर घोड़ा। उस तो पहले रिक्वेस्ट करेंगे जी कि जोड़े भीर अपने पहले वीडियो देखना, ठीक है, उन्होंने रिक्वेस्ट कि अपने चैनल सबसक्राइब कर ली, घंटी बड़े जू जुबान ताकि नई वीडियो आ सके। भीर जी एक और रिक्वेस्ट आ, जो कि वीर कोई तसली करे, चुवाई करे, एग्जाम से पास करे जा, ठीक है जी। हम बाई जी गलबात कर दी जी हम। हाँ जी भाई, सत्श्रीकाल जी। सत्श्रीकाल जी, सत्श्रीकाल जी। होर भाई वधिया जी? हाँ वधिया जी। चलो भाई अपना एड्रेस बोले जी पहले। मेरा नाम हरपाल सिंह। हाँ जी। पिंड बस्ती मोहम्मद शाह। हाँ जी। तहसील जिला फिरोजपुर, ठीक है जी। हाँ जी। से फोन नंबर बोलो भाई जी। फोन नंबर है जी 62396। हाँ जी। 63326। एक करे भाई फिर बोलो। 62396। हाँ जी। 63326, ठीक है जी। ਬਜੀ ਇਸ ਟਾਈਮ ਦੋਵੇਂ ਐਨੀਮਲ ਸੇਲ ਹੈ ਜੀ। ਹਾਂ ਦੋਵੇਂ ਐਨੀਮਲ ਸੇਲ। ਚਲੋ ਬਲ ਗਾਂ ਬਾਰੇ ਗੱਲ ਕਰਦੇ ਹਾਂ ਜੀ। ਬਜੀ ਹਾਂ ਜੀ ਹਾਂ ਬੋਲੋ ਜੀ। ਕਿਹਨੇ ਸੂਏ ਜੀ ਇਹ? ਇਹ ਗਾਂ ਦੂਜੇ ਸੂਏ ਹੈ ਜੀ। ਦੂਜੇ ਸੂਏ। ਹਾਂ ਜੀ ਦੂਜੇ ਸੂਏ ਸੁਣੀ। ਠੀਕ ਹੈ, ਸੁਣੀ ਹੈ ਦੂਜੇ ਸੂਏ। ਹਾਂ ਦੂਜੇ ਸੂਏ ਸੁਣੀ। ਠੀਕ ਹੈ ਜੀ। ਤਾਂ ਬਜੀ ਕਿੰਨਾ ਟਾਈਮ ਪਿਆ ਜੀ ਇਹਨੂੰ? ਇਹਦਾ ਟਾਈਮ ਹੱਲੀ ਤਕਰੀਬਨ ਇਹਨੂੰ 4.5 ਮਹੀਨੇ ਹੋਏ ਨੇ ਜੀ। ਅੱਛਾ 4.5 ਮਹੀਨੇ ਗੱਭਣਾ। 4.5 ਮਹੀਨੇ ਦੀ ਗੱਭਣ ਹੈ। ਹਾਂ ਜੀ। ਤੇ 10 ਕਿਲੋ ਦੁੱਧ ਦਿੰਦਾ। 10 ਕਿਲੋ ਦੁੱਧ ਦਾ ਪੂਰਾ। ਸਵੇਰੇ ਸ਼ਾਮ ਦਾ। ਸਵੇਰੇ ਸ਼ਾਮ ਦੋ ਟਾਈਮ ਦਾ। ਹਾਂ ਜੀ ਦੋ ਟਾਈਮ ਦਾ 10 ਕਿਲੋ ਦੁੱਧ ਤੇ 4.5 ਮਹੀਨੇ ਦੀ ਐਸੇ ਨੇ ਗੱਭਣ। ਅੱਛਾ ਜੀ, ਅੱਛਾ। ਤਾਂ ਬਾਜੀ ਉਹ ਬੱਚਾ ਨਾਲ ਹੈਗੇ ਜਿਹਦਾ? ਨਹੀਂ ਬੱਚਾ ਨਹੀਂ ਹੈਗਾ ਜੀ। ਬੱਚਾ ਹੈ ਨਹੀਂ ਜੀ। ਤੇ ਚੁਆਈ ਜੂ ਕਿਵੇਂ ਬਾਜੀ? ਵਧੀਆ ਐਨ ਪਹਾੜਾ ਪਾ ਕੇ ਜਿਹਦੇ ਆ ਥਾਪੀ ਮਾਰ ਕੇ ਥੋੜੀ ਵੀ ਥਾਪੀ ਤੇ ਖਾਸ ਮਿਲ ਪਈ ਜੀ। ਠੀਕ ਹੈ ਜੀ, ਠੀਕ ਹੈ। ਚਲੋ ਦੁੱਧ ਥੋੜੀ ਮਾਤਾ ਫਿਰ ਵੀਰ ਜੀ ਮੈਨੂੰ ਖੋਲੋ ਜੀ, ਦਿਖਾਈਏ ਆਪਾਂ। ਚਲੋ ਵੀ ਜੀ ਦੇਖੋ ਲੇਵਾ, ਦੇਖੋ ਜੀ। ਤਾਂ ਬਾਜੀ ਸਵੇਰ ਜੀ ਫਿਰ ਚੁਆਈ ਤੁਸੀਂ ਕਿੰਨੇ ਵਜੇ ਕੀਤੀ ਹੈ ਜੀ? ਸਵੇਰ ਚੁਆਈ ਜਾਂਦੀ ਤਕਰੀਬਨ ਅਸੀਂ 9 ਵਜੇ। 9 ਵਜੇ ਚੁਆਈ ਕੀਤੀ ਤੇ 1:30 ਵਜੇ ਚੁੱਕਾ ਜੀ। ਆ ਦੇਖੋ ਜੀ, ਆ ਦੇਖੋ, ਚਲੋ ਆ ਦੇਖੋ। ਤੋੜ ਲਓ ਵੀਰ, ਤੋੜ ਲਓ। ਬਾਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ ਕੀਮਤ ਆਪਾਂ ਮੰਗਣੇ ਆ 38,000 ਜੀ। 38,000 ਰੁਪਈਆ ਜੀ? ਹਾਂ ਨਾ 36,000 ਦੀ ਦੇਣੀ ਹੈ। ਹਾਂ 36,000 ਦੇਣੀ ਹੈ। ਹਾਂ ਨਾ 36,000 ਦੀ। ਬਾ ਠੀਕ ਹੈ ਜੀ, ਚੈੱਕ ਕਰਾ ਕੇ ਦੋਗੇ? ਹਾਂ ਚੈੱਕ ਕਰਾ ਕੇ, 4.5 ਮਹੀਨੇ ਦੀ ਗੰਭਣ ਹੈ, ਚੈੱਕ ਕਰਾ ਕੇ ਚੋਕ ਲਗਾ। ਠੀਕ ਹੈ ਜੀ, ਦੋ ਟੀਨਾਂ ਦਾ 10 ਕਿਲੋ ਦੁੱਧ, 4.5 ਮਹੀਨੇ ਦੀ ਗੰਭਣ। ਠੀਕ ਹੈ ਜੀ ਬਾਜੀ, ਚੈੱਕ ਕਰਾ ਕੇ ਤਸੱਲੀ ਨਾਲ ਚੋਕ। ਹਾਂਜੀ ਹਾਂਜੀ। ਤਾਂ ਬਾਜੀ ਕੱਟੀ ਬਾਰੇ ਦੱਸੋ ਜੀ, ਇਹ ਕਿੰਨੇ ਚਿਰ ਦੀ ਹੋ ਗਈ ਜੀ? ਇਹ ਕੱਟੀ ਹੋ ਗਈ ਜੀ 14 ਮਹੀਨੇ ਦੀ। 14 ਮਹੀਨੇ ਦੀ ਹੋ ਗਈ ਜੀ? 14 ਮਹੀਨੇ ਦੀ ਹੋ ਗਈ ਜੀ। ਹਾਂਜੀ। ਤੇ ਇਹਦੀ ਮਾਂ ਦਾ ਤਕਰੀਬਨ ਦੁੱਧ ਜਿਹੜਾ ਹੈਗਾ ਹੈਗਾ ਸੀ 14 ਕਿਲੋ। 14 ਕਿਲੋ ਜੀ? ਹਾਂਜੀ। ਠੀਕ ਹੈ ਜੀ। ਤੇ ਇਹ ਇਸ ਵੇਲੇ 14 ਮਹੀਨੇ ਦੀ ਹੋ ਗਈ ਜੀ। ਠੀਕ ਹੈ ਜੀ। ਤੇ ਵੀਰ ਜੀ ਇਹ ਵੀ ਖੋਲੋ ਜੀ ਫਿਰ। ਹਾਂ ਖੋਲ ਦੇ ਲੱਭ ਤੋਰ ਤੇ। ਚਾਹ ਵੀਰ ਜੀ ਦੇਖੋ, ਥਾਂ ਤੁਹਾਨੂੰ ਬਹੁਤ ਸੋਹਣਾ ਜਾਂਦਾ। ਆ ਦੇਖੋ ਜੀ, ਆ ਦੇਖੋ, ਲਿਆ ਵੀਰ ਜੀ ਖੋਲ ਲਓ ਸਭ ਤੋਰ ਤੇ। ਬਹੁਤ ਸੋਹਣੀ ਕੱਟੀ ਜੀ। ਆ ਦੇਖੋ ਜੀ, ਆ ਦੇਖੋ, ਇੱਕ ਮਿੰਟ ਖੜੀ ਵੀਰੇ ਇੱਥੇ। ਆ ਦੇਖੋ, ਠੀਕ ਹੈ, ਲੈ ਚਲੋ, ਲੈ ਚਲੋ ਵੀਰ ਜੀ, ਲੈ ਜੀ। ਤੇ ਬਾਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ ਕੀਮਤ ਹੈਗੀ ਹੈ ਜੀ, ਇਹਦਾ ਆਪਾਂ 25,000 ਰੁਪਇਆ ਮੰਗ ਰਹੇ ਹਾਂ ਜੀ। ਹਾਂਜੀ। 23,000 ਦੀ ਆ ਨਾ ਦੇ। ਤੇ ਬਾਜੀ ਫਿਰ ਇਹਨੇ ਸੱਜਰ ਦਾ ਦੁੱਧ ਕਿੰਨੇ ਕੀਤਾ ਸੀ ਜੀ? ਨੇ ਇਹਦਾ ਸੱਜਰ ਦਾ ਦੁੱਧ ਅਸੀਂ ਚੁਆਇਆ ਜੀ ਤਕਰੀਬਨ 18-19 ਕਿਲੋ। 18-19 ਕਿਲੋ? ਹਾਂ। ਤੇ ਹੁਣ ਜਦੋਂ ਅਗਲੇ ਸੂਏ ਸੂਏ ਹੋਣੇ 21-22 ਕਿਲੋ ਦੇ ਦੇ। 21-22 ਕਿਲੋ? ਹਾਂ ਜੀ ਬਾਜੀ, ਦੰਦਾਂ ਵਿੱਚ ਹੀ ਹੋ ਗਈ ਜੀ ਅਜੇ? ਹਾਂ ਦੰਦਾਂ ਦੇ। ਠੀਕ ਹੈ ਜੀ, ਦੇਖੋ ਵੀ ਜੀ ਆਰਡਰ ਫਿਰ ਚੈੱਕ ਕਰ ਲਓ ਜੀ, ਇੱਕ ਵਾਰ ਦੇਖੋ ਖਾਣ ਤੁਹਾਨੂੰ ਬਹੁਤ ਸੋਹਣਾ। ਤੇ ਚੁਆਈ ਚੁ ਬਾਈ ਵਧੀਆ ਜੀ? ਬਿਲਕੁਲ ਜੀ, ਚੁਆਈ ਬਿਲਕੁਲ ਵਧੀਆ। ਓਕੇ, ਠੀਕ ਹੈ, ਵਧੀਆ। ਚਲੋ ਬਾਈ ਫਿਰ ਨੰਬਰ ਸੀਲ ਹੈ ਪੂਰੀ ਐਨ ਆ। ਹਾਂਜੀ ਹਾਂ, ਠੰਡੀ ਪੂਰੀ ਆ, ਹੈ ਠੰਡੀ ਪੂਰੀ ਗਾਂ ਆ। ਬਿਲਕੁਲ ਜੀ, ਆ ਠੀਕ ਹੈ, ਪੂਰੀ ਠੰਡੀ ਗਾਂ।
ਬਾਜੀ ਨੰਬਰ ਆਪਣਾ ਫਿਰ ਇੱਕ ਵਾਰੀ ਬੋਲ ਦਿਓ ਜੀ 6396 ਹਾਂਜੀ 6326 ਠੀਕ ਹੈ ਜੀ 6396 6326 ਠੀਕ ਸੋ ਜਿਸ ਤਰ੍ਹਾਂ ਹੀ ਗੱਲਬਾਤ ਤੁਸੀਂ ਕਰ ਲੈ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ